Hein? Hein? ਤੁਸੀਂ ਦੇਖਿਆ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਹੈ। ਆਹ ਵੇਖੋ ਕਿਸ ਦਾ ਜਾਨਲੇਵਾ ਹਮਲਾ ਕੀਤਾ ਗਿਆ। ਆਹ ਵੇਖੋ ਕਿਸ ਦਾ ਜਾਨਲੇਵਾ ਹਮਲਾ ਕੀਤਾ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਰਕੇ ਸੁਰਖੀਆਂ ਵਿੱਚ ਆ ਹੀ ਜਾਂਦਾ ਹੈ। ਅੱਜ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਤੇ ਸਵਾਲ ਖੜੇ ਹੋਏ ਨੇ। ਜੀ ਹਾਂ, ਲੁਧਿਆਣਾ ਦੇ ਵਿੱਚ ਆਰਟੀਆਈ ਐਕਟੀਵਿਸਟ ਕੁਲਦੀਪ ਖਹਿਰਾ ਵੱਲੋਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ। ਲੁਧਿਆਣੇ ਤੋਂ ਬਿਲੋਂਗ ਕਰਦਾ ਜੀ। ਫੇਸਬੁੱਕ ਦੇ ਉੱਤੇ ਇੱਕ ਵੀਡੀਓ ਅਪਲੋਡ ਹੋਈ ਸੀ ਜਿਹਦੇ ਵਿੱਚ ਮਨਕੀਰਤ ਔਲਖ ਔਰ ਸਿੱਧੂ ਮੂਸੇਵਾਲਾ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਗੀਤ ਗਾਇਆ ਹੋਇਆ ਸੀਗਾ ਜਿਹਦੇ ਵਿੱਚ ਵਾਇਲੈਂਸ ਪ੍ਰੋਵੋਕਿੰਗ ਵਰਡਸ ਯੂਜ਼ ਕੀਤੇ ਗਏ ਨੇ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਹੋਏ। ਉਹਦੇ ਨਾਲ ਯੰਗ ਜਨਰੇਸ਼ਨ ਜਿਹੜੀ ਹੈਗੀ ਹੈ ਪੰਜਾਬ ਦੀ ਉਹਨੂੰ ਸੇਧ ਗਲਤ ਮਿਲਦੀ ਹੈ। ਉਸੇ ਕਰਕੇ ਹੀ ਇਹ ਕੰਪਲੇਂਟ ਫਾਈਲ ਕੀਤੀ ਹੈ ਪੁਲਿਸ ਅਥਾਰਟੀਜ਼ ਕੋਲ ਕਿ ਐੱਫ ਆਈ ਆਰ ਲੌਂਚ ਕੀਤੀ ਜਾਵੇ ਔਰ ਬਣਦਾ ਐਕਸ਼ਨ ਲਿਆ ਜਾਵੇ। ਇਹ ਜਿਹੜੇ ਇਸ ਤਰ੍ਹਾਂ ਦੇ ਗੀਤ ਗਾਉਣੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਡਾਇਰੈਕਸ਼ਨਸ ਕੀਤੀਆਂ ਸੀ ਪੁਲਿਸ ਨੂੰ ਕਿ ਇਸ ਤਰ੍ਹਾਂ ਦੇ ਸੌਂਗਸ ਨਹੀਂ ਚੱਲਣ ਦੇਣੇ ਔਰ ਇਹਨਾਂ ਦੇ ਲਈ ਐਕਸ਼ਨ ਲਿਆ ਜਾਵੇ। ਤੁਹਾਡੀ ਕੀ ਮੰਗ ਹੈ? ਮੇਰੀ ਮੰਗ ਇਹੀ ਹੈ ਜੀ ਕਿ ਐੱਫ ਆਈ ਆਰ ਲੌਂਚ ਕੀਤੀ ਜਾਵੇ ਤਾਂ ਕਿ ਹੋਰ ਵੀ ਜਿਹੜੇ ਸਿੰਗਰਸ ਹੈਗੇ ਨੇ ਉਹਨਾਂ ਨੂੰ ਸਬਕ ਮਿਲੇ ਕਿ ਇਸ ਤਰ੍ਹਾਂ ਦੇ ਸੌਂਗਸ ਨਹੀਂ ਗਾਉਣੇ। ਜਿਸ ਨੂੰ ਲੈ ਕੇ ਅੱਜ ਸਿੱਧੂ ਮੂਸੇਵਾਲਾ ਏਸੀਪੀ ਜਸ਼ਨਦੀਪ ਸਿੰਘ ਗਿੱਲ ਕੋਲ ਪੇਸ਼ ਹੋਣ ਲਈ ਪਹੁੰਚਿਆ, ਜਿੱਥੇ ਇਸ ਮੌਕੇ ਏਸੀਪੀ ਦਫ਼ਤਰ ਵਿੱਚ ਅਫਸਰਾਂ ਦੇ ਬੱਚੇ ਸਿੱਧੂ ਮੂਸੇਵਾਲਾ ਨਾਲ ਫੋਟੋਆਂ ਖਿਚਾਉਂਦੇ ਨਜ਼ਰ ਆਏ। ਉੱਥੇ ਹੀ ਸਿੱਧੂ ਮੂਸੇਵਾਲਾ ਮੀਡੀਆ ਕਰਮੀਆਂ ਨਾਲ ਵੀ ਉਲਝਦਾ ਦਿਖਾਈ ਦਿੱਤਾ। ਤੁਸੀਂ ਵੀ ਦੇਖੋ ਸਿੱਧੂ ਮੂਸੇਵਾਲਾ ਕਿਵੇਂ ਮੀਡੀਆ ਨਾਲ ਬਦਸਲੂਕੀ ਕਰ ਰਿਹਾ ਹੈ। ਤੁਸੀਂ ਦੇਖਿਆ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਹੈ। ਆਹ ਵੇਖੋ ਕਿਸ ਤਰ੍ਹਾਂ ਜਾਨਲੇਵਾ ਹਮਲਾ ਕੀਤਾ ਗਿਆ। ਸਿੱਧੂ ਮੂਸੇਵਾਲਾ ਏਸੀਪੀ ਜਸ਼ਨਦੀਪ ਸਿੰਘ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਣਯੋਗ ਹਾਈ ਕੋਰਟ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਥਿਆਰਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵੱਲੋਂ ਇੱਕ ਗੀਤ ਗਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਸ਼ਿਕਾਇਤ ਮਿਲਣ ਤੇ ਸਪਸ਼ਟੀਕਰਨ ਦੇਣ ਲਈ ਸਿੱਧੂ ਮੂਸੇਵਾਲੇ ਨੂੰ ਲੁਧਿਆਣੇ ਸੱਦਿਆ ਗਿਆ। ਪਾਰਟੀ ਐਕਟੀਵਿਸਟ ਸੀ ਖਹਿਰਾ, ਉਹਨਾਂ ਨੇ ਕੰਪਲੇਂਟ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਨੇ ਤੇ ਮਨਕੀਰਤ ਔਲਖ ਨੇ ਇੱਕ ਵੀਡੀਓ ਅਪਲੋਡ ਹੋਈ ਸੀ ਇਹਨਾਂ ਦੀ, ਜਿਹਦੇ ਵਿੱਚ ਇਹ ਕੋਈ ਪੰਜਾਬੀ ਸੌਂਗ ਗਾ ਰਹੇ ਨੇ। ਉਹਦੇ ਰਿਗਾਰਡਿੰਗ ਕੰਪਲੇਂਟ ਸੀ ਕਿ ਜਿਹੜੀ ਹਾਈ ਕੋਰਟ ਦੀ ਡਾਇਰੈਕਸ਼ਨ ਸੀ ਉਹ ਉਹਨਾਂ ਦੀ ਕੰਪਲਾਇੰਸ ਨਹੀਂ ਹੈਗੀ, ਉਹਦੇ ਅਗੇਂਸਟ ਡਾਇਰੈਕਸ਼ਨ 'ਤੇ ਜਾ ਕੇ ਇਹਨਾਂ ਨੇ ਇਹ ਪੋਸਟ ਵਾਇਰਲ ਹੋਈ ਹੈ ਜਿਹਨਾਂ ਦੇ ਇਹਨਾਂ ਨੇ ਬਣਦੀ ਕਾਰਵਾਈ ਕੀਤੀ ਜਾ। ਅਗਰ ਗੱਲ ਕਰੀਏ ਸਰ, ਮਨਕੀਰਤ ਔਲਖ ਵੀ ਹੁਣ ਪੇਸ਼ ਹੋ ਸਕਦੇ ਨੇ? ਮਨਕੀਰਤ ਔਲਖ ਨੂੰ ਕੱਲ੍ਹ ਬੁਲਾਇਆ ਹੋਇਆ, ਉਹ ਕੱਲ੍ਹ ਹੋਣਗੇ। ਅਤੇ ਗੱਲ ਸਰ ਹੋਰ ਨਿਕਲ ਕੇ ਸਾਹਮਣੇ ਆਈ ਹੈ, ਜਿੱਦਾਂ ਮੀਡੀਆ ਨਾਲ ਬਦਸਲੂਕੀ ਕੀਤੀ ਗਈ, ਇਹਨਾਂ ਦੇ ਬਾਊਂਸਰਾਂ ਵੱਲੋਂ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਗੱਡੀ ਉੱਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਸ ਤਰ੍ਹਾਂ ਦੀ ਤੁਸੀਂ? ਇਹ ਮੇਰੇ ਕੋਲ ਕੰਪਲੇਂਟ ਆ ਜੇ, ਉਹਦੇ ਅਕੋਰਡਿੰਗ ਇਹਨਾਂ ਦਾ ਕੱਲ੍ਹ ਵੀ ਸ਼ੋਅ ਹੈਗਾ, ਇਹਨਾਂ ਦੇ ਸਾਰਾ ਸਟਾਫ ਉੱਥੇ ਆਊਗਾ, ਉਸ ਅਕੋਰਡਿੰਗ ਆਪਾਂ ਇਹਨਾਂ ਤੋਂ ਕੱਲ੍ਹ ਉਸ ਦੀ ਕੰਪਲੇਂਟ ਦੀ ਕਾਰਵਾਈ ਅਮਲ 'ਚ ਲਿਆ ਦਾਂਗੇ। ਸਰ ਜੋ ਪੁੱਛਤਾਛ ਹੋਈ ਹੈ, ਉਸ ਵਿੱਚ ਕਿਆ ਨਿਕਲ ਕੇ ਆਇਆ, ਕਿਆ ਆਪਕੋ ਲੱਗ ਰਿਹਾ ਕਿ ਮਤਲਬ ਵਾਇਰਲ ਹੋਈ ਆ, ਇਹਨਾਂ ਨੇ ਅਪਲੋਡ ਕੀਤਾ? ਇਹਨਾਂ ਦੇ ਅਕੋਰਡਿੰਗ ਤਾਂ ਪੋਸਟ ਜੋ ਇਹਨਾਂ
ਨੇ ਸਾਨੂੰ ਸਟੇਟਮੈਂਟ ਦਿੱਤੀ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਵਾਇਰਲ ਹੋਈ ਆ ਇਹ, ਨਾ ਇਹਨਾਂ ਵੱਲੋਂ ਗਾਣਾ ਰਿਕਾਰਡ ਕੀਤਾ ਗਿਆ ਸੀ, ਨਾ ਇਹਨਾਂ ਨੂੰ ਲਿਖਿਆ ਗਿਆ, ਨਾ ਹੀ ਇਹਨਾਂ ਨਾਲ ਉਸ ਗਾਣੇ ਨਾਲ ਕੋਈ ਲਿੰਕ। ਇਹ ਗਾਣਾ ਕਿਸੇ ਹੋਰ ਸਿੰਗਰ ਦਾ ਹੈ ਜਿਹਨਾਂ ਨਾਲ ਸਾਬੀ ਭਿੰਡਰ, ਉਹਨਾਂ ਨੇ ਗਾਣਾ ਗਾਇਆ ਸੀ। ਇਹ ਆਪਸ ਇਹਨਾਂ ਦੇ ਅਕੋਰਡਿੰਗ ਮਨਸੀਰ ਤੌਲਕ ਅਤੇ ਇਹਨਾਂ ਦੇ ਚਾਰ ਪੰਜ ਦੋਸਤ ਬੈਠ ਕੇ ਆਪਣੇ ਘਰ ਹੀ ਇਹ ਗਾਣਾ ਵੈਸੇ ਗਾ ਰਹੇ ਸੀ। ਕੋਈ ਇਹਨਾਂ ਦਾ ਕੋਈ ਇਹੋ ਜਿਹੀ ਇੰਟੈਂਸ਼ਨ ਨਹੀਂ ਸੀ ਕਿ ਇਹਨੂੰ ਰਿਕਾਰਡ ਕਰਾ ਕੇ ਅਸੀਂ ਲੋਕਾਂ ਤੱਕ ਪਹੁੰਚਾਉਣਾ ਜਾਂ ਇਹੋ ਜਿਹੀ ਕੋਈ। ਇਹਨਾਂ ਨੂੰ ਹਾਈ ਕੋਰਟ ਦੀ ਜਿਹੜੀ ਜੱਜਮੈਂਟ ਦਾ ਜਿਹੜਾ ਐਕਟੀਵਿਸਟ ਜਿਹੜੀ ਕੰਪਲੇਂਟ 'ਤੇ ਵੇਰਵਾ ਦਿੱਤਾ ਹੋਇਆ ਸੀ ਉਹਦੀ ਇਹਨਾਂ ਨੂੰ ਕਾਪੀ ਅਤੇ ਜਿਹੜੀ ਡਾਇਰੈਕਸ਼ਨਸ ਨੇ ਇਹਨਾਂ ਨੂੰ ਨੋਟ ਕਰਾਤੀਆਂ ਉਹਦੀ ਕਾਪੀ ਵੀ ਇਹਨਾਂ ਨੂੰ ਦਿੱਤੀ ਹੈ ਕਿ ਫਰਦਰ ਫਿਊਚਰ 'ਚ ਇਹੋ ਜਿਹੀ ਕੋਈ ਜੋ ਵੀ ਇਹ ਵੀਡੀਓ ਕੋਈ ਅਪਲੋਡ ਕਰਦੇ ਨੇ ਉਹ ਇਹ ਡਾਇਰੈਕਸ਼ਨ ਨੂੰ ਧਿਆਨ 'ਚ ਰੱਖ ਕੇ ਕਰਨ। ਜੋ ਐਲੀਗੇਸ਼ਨ ਸਰ ਅੱਜ ਇਹਨਾਂ ਨੇ ਲਗਾਇਆ ਮੀਡੀਆ ਵਾਲੋਂ ਕਿ ਮਤਲਬ ਉਸਕੇ ਸਾਥ ਧੱਕਾ ਮੁੱਕੀ ਕਰੀ ਹੈ ਜੋ ਸਿੰਗਰ ਹੈ ਆਪਕੇ ਪਾਸ ਆਏ ਥੇ, ਤੋ ਕਿਆ ਉਸ ਪਰ ਕੋਈ ਐਕਸ਼ਨ ਵਗੈਰਾ ਆਪ ਕਰ ਰਹੇ ਹੋ ਕੁਝ? ਮੈਨੂੰ ਇੱਕ ਵਾਰੀ ਕੰਪਲੇਂਟ ਦੇਖ ਲੈਂਦੇ ਸੀ ਪਰ ਮੇਰੇ ਕੋਲ ਕੰਪਲੇਂਟ ਆਈ ਨਹੀਂ, ਜੋ ਵੀਡੀਓ ਰਿਕਾਰਡਿੰਗ ਆ ਵੀਡੀਓ ਵੀ ਦੇਖ ਲੈਂਦੇ ਉਸ ਅਕੋਰਡਿੰਗ ਸੀ। ਜਿੱਥੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਕਿਹਾ ਕਿ ਗੀਤ ਰਿਕਾਰਡ ਨਹੀਂ ਕਰਵਾਇਆ ਗਿਆ, ਸਿਰਫ ਮੈਂ ਤੇ ਮਨਕੀਰਤ ਔਲਖ ਨੇ ਆਪਸ ਵਿੱਚ ਬੈਠ ਕੇ ਇਹ ਗੀਤ ਗਾਇਆ ਸੀ। ਇਸ ਦੌਰਾਨ ਜਦੋਂ ਦਫ਼ਤਰ ਵਿੱਚ ਹੋਏ ਸੈਲਫੀ ਸੈਕਸ਼ਨ ਬਾਰੇ ਪੁੱਛਿਆ ਗਿਆ ਤਾਂ ਏਸੀਪੀ ਨੇ ਕਿਹਾ ਕਿ ਦਫ਼ਤਰ ਵਿੱਚ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਮੀਡੀਆ ਨਾਲ ਹੋਈ ਬਦਸਲੂਕੀ ਬਾਰੇ ਕਿਹਾ ਕਿ ਜੇਕਰ ਲਿਖਤੀ ਸ਼ਿਕਾਇਤ ਮੀਡੀਆ ਕਰਮੀ ਦੇਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਨੇ। ਸ਼ਿਕਾਇਤ 'ਚ ਕੀ ਆਰਟੀ ਐਕਟੀਵਿਸਟ ਖਹਿਰਾ ਉਹਨਾਂ ਵੱਲੋਂ ਸੀ ਕਿ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ 22/7/2019 ਦੀ, ਉਹਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨਸ ਨੇ ਕਿ ਕੋਈ ਵੀ ਸੈਲੀਬ੍ਰਿਟੀ ਜਾਂ ਸਿੰਗਰ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਪਬਲਿਕ ਫਿਗਰ ਹੈ ਉਹ ਕੋਈ ਇਹੋ ਜਿਹਾ ਚੀਜ਼ ਨਹੀਂ ਕਰੂਗਾ, ਗਾਣਾ ਨਹੀਂ ਗਾਊਗਾ, ਕੋਈ ਵੀਡੀਓ ਅਪਲੋਡ ਨਹੀਂ ਕਰੂਗਾ ਜਿਹਦੇ 'ਚ ਲਿਕਰ ਨੂੰ ਅਤੇ ਵੈਪਨਸ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹਦੇ ਉਹਦੀ ਸੀ ਕਿ ਜਿਹੜੀ ਇਹਨਾਂ ਨੇ ਮਨਕੀਰ ਤੌਲਖ ਨੇ ਅਤੇ ਸਿੱਧੂ ਮੂਸੇਵਾਲੇ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕੋਈ 4-5 ਇੱਕ ਗਾਣਾ ਗਾਇਆ ਸੀ ਜਿਹੜਾ ਹਾਲੇ ਤੱਕ ਵੈਸੇ ਰਿਕਾਰਡ ਨਹੀਂ ਹੋਇਆ ਹੋਇਆ, ਕਿ ਉਹਦੇ ਵਿੱਚ ਵੈਪਨਸ ਨੂੰ ਅਤੇ ਸ਼ਰਾਬ ਨੂੰ ਗਲੋਰੀਫਾਈ ਕੀਤਾ ਹੋਇਆ ਸੀ ਐਜ਼ ਅ ਪਰਸਨ। ਉਹਦੇ ਅਗੇਂਸਟ ਨੇ ਕੰਪਲੇਂਟ ਸੀ ਕਿ ਇਹਨਾਂ 'ਤੇ ਉਸ ਜੱਜਮੈਂਟ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ। ਹਾਂਜੀ ਉਹ ਵੀਡੀਓ ਮੇਰੇ ਕੋਲ ਹੈਗੀ ਹੈ, ਜਗਬਾਣੀ ਨੇ ਕਵਰ ਕੀਤੀ ਹੋਈ ਹੈ, ਉਹ ਵੀਡੀਓ ਮੈਂ ਦੇਖੀ ਹੈ, ਮੇਰੇ ਕੋਲ ਹੈਗੀ ਵੀ ਹੈ। ਉਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਇਹ ਗਾਣਾ ਮੈਂ ਰਿਕਾਰਡ ਕੀਤਾ, ਨਾ ਮੇਰੇ ਵੱਲੋਂ ਲਿਖਿਆ ਗਿਆ, ਨਾ ਮੈਂ ਕਦੀ ਇਹ ਪਬਲਿਕਲੀ ਜਾਂ ਵੈਸੇ ਗਾਇਆ, ਨਾ ਮੈਂ ਲਾਈਵ ਸ਼ੋਅ 'ਚ ਗਾਇਆ। ਇਹ ਅਸੀਂ ਘਰੇ ਬੈਠੇ ਸੀ 4 ਜਣੇ, ਉਹ ਅਤੇ ਇਨਕਲੂਡਿੰਗ ਮਨਕੀਰ ਤੌਲਖ, ਉਹਨਾਂ ਨੇ ਆਪਸ 'ਚ ਬੈਠੇ ਗਾਣਾ ਗਾਇਆ ਸੀ। ਉਹ ਕਿਸੇ ਹੋਰ ਦਾ ਗਾਣਾ ਹੈ, ਕੋਈ ਸਾਬੀ ਭਿੰਡਰ ਸਿੰਗਰ ਆ, ਉਹਦਾ ਲਿਖਿਆ ਹੋਇਆ ਗਾਣਾ, ਉਹਦਾ ਗਾਇਆ ਹੋਇਆ ਗਾਣਾ ਉਹ, ਨੋਟ ਉਹਨੇ ਵੀ ਕੋਈ ਪ੍ਰੋਪਰ ਰਿਕਾਰਡ ਨਹੀਂ ਕਰਾਇਆ ਹੋਇਆ, ਵੈਸੇ ਕਿਸੇ ਨੇ ਉਹਦਾ ਵੀ ਗਾਣਾ ਹੀ ਅਪਲੋਡ ਕੀਤਾ ਹੋਇਆ ਯੂਟਿਊਬ 'ਤੇ। ਉਹਨੇ ਉਹਦੀ ਲਾਈਨਾਂ ਬੈਠੇ ਬੈਠੇ ਆਪਸ 'ਚ ਗਾਈਆਂ ਸੀ ਕਿ ਉਹਦੀ ਕੋਈ ਇੰਟੈਂਸ਼ਨ ਨਹੀਂ ਸੀ, ਜੇ ਉਹਦੇ ਕੋਈ ਇਹੋ ਜਿਹੀ ਉਹਨੇ ਕੰਪਲਾਈ ਨਹੀਂ ਕੀਤੀ ਤਾਂ ਉਹ ਮਾਫ਼ੀ ਮੰਗੀ ਉਹਨੇ। ਬਾਕੀ ਉਹਨੂੰ ਹਾਈ ਕੋਰਟ ਦੀ ਜਿਹੜੀ ਉਹ ਜੱਜਮੈਂਟ ਸੀ ਉਹਨੂੰ ਅਸੀਂ ਰਿਸੀਵ ਕਰਾਤੀ ਹੈ ਅਤੇ ਉਹਨੂੰ ਪੜਵਾਤਾ ਕਿ ਕੋਈ ਵੀ ਕੱਲ੍ਹ ਨੂੰ ਜਿਹੜਾ ਸ਼ੋਅ ਦਾ ਹੈਗਾ ਉਹਦੇ ਵਿੱਚ ਇਹੋ ਜਿਹੀ ਕੋਈ ਉਹ ਅਗੇਂਸਟ ਇਸ ਜੱਜਮੈਂਟ 'ਤੇ ਕੋਈ ਵੀ ਕੰਮ ਨਹੀਂ ਕਰੂਗਾ। ਇਹਦੇ ਬਾਰੇ ਤੁਸੀਂ ਮੈਨੂੰ ਕੰਪਲੇਂਟ ਦੇ ਦਿਓ ਜਾਂ ਤੁਸੀਂ ਦੱਸ ਦਿਓ ਸਰ ਨੈਕਸਟ ਕਾਰਵਾਈ ਇਸ ਮਾਮਲੇ 'ਚ ਹੁਣ ਕੀ ਹੈ, ਜਿਹੜੀ ਹੁਣ ਤੁਸੀਂ ਬਿਆਨ ਲੈ ਲਿਆ ਉਹਨਾਂ ਦੇ ਵੀ ਲੈ ਲਿਆ ਜੀ, ਅਗਲੀ ਦੀ ਕਾਰਵਾਈ ਕੀ ਹੋ ਦੁਬਾਰਾ ਫਿਰ ਬੁਲਾਇਆ ਗਿਆ ਇਸ ਮਾਮਲੇ 'ਚ? ਨਹੀਂ ਹਾਲੇ ਉਹਨਾਂ ਦਾ ਕੱਲ੍ਹ ਸ਼ੋਅ ਆ, ਕੱਲ੍ਹ ਉਹਨਾਂ ਲਾਈਵ ਸ਼ੋਅ 'ਚ ਪਤਾ ਲੱਗ ਜੂਗਾ ਜੇ ਉਹਨਾਂ ਨੇ ਕੋਈ ਇਹੋ ਜਿਹੇ ਗਾਣੇ ਗਾਏ ਜਾਂ ਉਹਨੂੰ ਕੰਪਲਾਈਂਸ ਨਹੀਂ ਕੀਤੀ ਉਸ ਜੱਜਮੈਂਟ ਨਾਲ ਜਿਹੜੀ ਹਾਈ ਕੋਰਟ ਦੀ ਹੈ, ਤਾਂ ਉਹਦੇ ਅਕੋਰਡਿੰਗ ਆਪਾਂ ਗੱਲ ਕਰੀਏ। ਸਰ ਸੈਲਫੀਆਂ ਵੀ ਹੋਈਆਂ ਤੁਹਾਡੇ ਥਾਣੇ ਦੇ ਆਪਣੇ ਕਮਰੇ ਦੇ ਵਿੱਚ, ਸਾਡੇ ਕੋਲ ਵੀਡੀਓ ਹੈਗੀ, ਸ਼ਾਟ ਹੈਗੇ ਸਰ ਵੀਡੀਓ। ਸੈਲਫੀ ਸੈਸ਼ਨ ਚੱਲਦਾ ਪਿਆ ਸੀ ਅੰਦਰ? ਸੈਲਫੀ ਸੈਸ਼ਨ ਬ੍ਰਦਰ ਕੋਈ ਨਹੀਂ ਚੱਲਿਆ, ਫੋਟੋਆਂ ਖਿਚਾਈਆਂ ਵੀ ਆ ਰਹੀਆਂ, ਅਸੀਂ ਬੱਚੇ ਇੰਟਰਵਿਊ ਜੇ ਤੁਸੀਂ ਵਰਤ ਰਹੀ ਚੱਲ ਰਹੀ ਹੈ, ਕੋਈ ਗੱਲ ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੋਈ। ਅਗਲਾ ਕੁਸ਼ਚਨ ਸਰ, ਮਿਸ ਬਿਹੇਵ ਮੈਨੂੰ ਦੱਸ ਦਿਓ ਜੀ, ਕਿਹਦੇ ਨਾਲ ਹੋਇਆ, ਕੋਈ ਸ਼ਿਕਾਇਤ ਰਿਟਨ ਹੈਗੀ ਤੁਸੀਂ ਮੈਨੂੰ ਦੇ ਦਿਓ, ਸਾਰੇ ਸਾਰੇ ਹੋਏ ਸਾਰੇ ਜਿੰਨੇ ਖੜੇ, ਕੋਈ ਗੱਲ ਨਹੀਂ ਦੇ ਦਿਓ ਮੈਨੂੰ ਕੰਪਲੀਟ ਤਾਂ ਦਿਓ ਜੀ। ਸਰ ਆਫਿਸ ਦੇ ਵਿੱਚ ਇੱਕ ਸੈਲਫੀ ਸੈਸ਼ਨ ਹੋਣਾ ਬ੍ਰਦਰ, ਕੋਈ ਸੈਲਫੀ ਸੈਸ਼ਨ ਨਹੀਂ ਹੋਇਆ ਪਹਿਲੀ ਗੱਲ, ਠੀਕ ਹੈ ਜੀ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ।
ਜੇ ਕਿਸੇ ਨੇ ਜਿਹੜੇ ਆਮ ਪਬਲਿਕ ਸੀਗੀ ਉਹ ਅਸੀਂ ਤੁਹਾਡੇ ਆਫਿਸ ਅੰਦਰ ਐਂਟਰ ਹੁੰਦੀ ਦੇਖੀ ਹੈ ਬੱਚੇ ਵੀ ਸਰ ਬੱਚੇ ਬੱਚੇ ਬ੍ਰਦਰ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਇੱਕ ਸੈਕਿੰਡ ਜੇ ਕੋਈ ਕਿਸੇ ਬੰਦੇ ਨੂੰ ਮਿਲਣਾ ਚਾਹੁੰਦਾ ਅੰਦਰ ਆ ਕੇ ਜੇ ਬੱਚੇ ਨੂੰ ਮਿਲਾਤਾ ਤੇਰਾ ਮਤਲਬ ਕੋਈ ਗੁਨਾਹ ਤਾਂ ਨਹੀਂ ਕਰਤਾ ਨਾ ਕਿਸੇ ਨੇ ਠੀਕ ਹੈ ਜੀ ਕੋਈ ਸੈਲਫੀ ਸੈਸ਼ਨ ਨਹੀਂ ਹੋਇਆ ਬ੍ਰਦਰ ਇੱਕ ਸੈਕਿੰਡ ਇਨਵੈਸਟੀਗੇਸ਼ਨ ਉਹ ਤਾਂ ਖਤਮ ਹੋ ਗਈ ਸੀ ਉਹਨੇ ਬਿਆਨ ਲਏ ਜਾ ਚੁੱਕੇ ਸੀ ਠੀਕ ਹੈ ਜੀ ਜਿਹੜੀ ਤੁਹਾਡੀ ਮੀਡੀਆ ਦੀ ਗੱਲ ਆ ਤੁਹਾਨੂੰ ਕਿਹਾ ਸੀ ਬਾਈਕ ਵਾਈਟ ਇਕੱਠੇ ਦੇ ਦਾਂਗੇ ਉਹਨਾਂ ਨੇ ਜਾ ਕੇ ਤੁਹਾਨੂੰ ਬਾਹਰ ਵਾਈਟ ਦੇ ਦਿੱਤੀ ਹੈ ਮੈਨੂੰ ਨਹੀਂ ਪਤਾ ਉਹਦੇ ਬਾਰੇ ਦਿੱਤੀ ਕਿ ਨਹੀਂ ਅਤੇ ਉਹਦੇ ਬਾਰੇ ਜੇ ਤੁਹਾਨੂੰ ਕੋਈ ਕੋਈ ਤੁਹਾਡੀ ਰੰਜਿਸ਼ ਆ ਜਾਂ ਕੋਈ ਤੁਹਾਡਾ ਸੋਰੀ ਅਗੇਂਸਟ ਕੋਈ ਉਹਦੇ ਉਹਨੇ ਕੋਈ ਮਿਸਬਿਹੇਵ ਕੀਤਾ ਉਹਦੀ ਕੰਪਲੇਂਟ ਦੇ ਦਿਓ ਠੀਕ ਹੈ ਜੀ ਇਨਕੁਆਇਰੀ ਤਾਂ ਹਾਲੇ ਕਰ ਰਹੇ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਫਿਰ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ